ਸਰ ਪਿੰਡ ਕੋਟਕੁਰੂ ਤੋਂ ਸਾਨੂੰ ਕਾਲ ਆਈ ਸੀ ਕਿ ਇੱਕ ਦੁਰਘਟਨਾ ਹੋ ਚੁੱਕੀ ਆ। ਮੌਕੇ ਤੇ ਪਹੁੰਚ ਕੇ ਦੇਖੇ ਤਾਂ ਇੱਕ ਨੌਜਵਾਨ ਜ਼ਖਮੀ ਹਾਲਾਤਾਂ ਦੇ ਵਿੱਚ ਮਿਲਿਆ ਜੋ ਕਿ ਡੈਥ ਹੋ ਚੁੱਕੀ ਸੀ। ਹਾਲਾਤ ਕਿੰਨੇ ਕੁ ਮਾੜੇ ਸੀ ਦੇਖੀਏ? ਹਾਲਾਤ ਜ਼ਖਮ ਜ਼ਿਆਦਾ ਸੀਗੇ ਜੀ। ਕੁਛ ਇਸ ਤਰ੍ਹਾਂ ਦਾ ਕੋਈ ਆਪਣਾ ਐਕਸੀਡੈਂਟ ਲੱਗ ਰਿਹਾ ਸੀ ਜਾਂ ਕੁਛ ਹੋਰ ਲੱਗ ਰਿਹਾ ਸੀ? ਨਹੀਂ ਸਰ, ਇਸ ਚੀਜ਼ ਦੀ ਪੁਸ਼ਟੀ ਨਹੀਂ ਹੋ ਰਹੀ ਵੀ ਇਹ ਡੈਥ ਹੋਈ ਹੈ ਤਾਂ ਕਿਸ ਕਾਰਨ ਹੋਈ ਆ। ਇਕੱਲੇ ਸੀ ਕਿ ਹੋਰ ਦੇ ਨਾਲ ਸੀ? ਨਾਲ ਸ਼ਾਇਦ ਲੇਡੀ ਸੀ ਜੀ ਇਹਨਾਂ ਦੀ। ਇਹਨਾਂ ਦੇ ਸ਼ਾਇਦ ਘਰੋਂ ਸੀ ਉਹ। ਕੋਈ ਵਹੀਕਲ ਸੀ ਇਹਨਾਂ ਕੋਲ? ਮੋਟਰਸਾਈਕਲ ਸੀ ਇਹਨਾਂ ਕੋਲੇ। ਮੋਟਰਸਾਈਕਲ ਉੱਥੇ ਸੀਗਾ ਕਿ ਨਹੀਂ ਸੀਗਾ? ਨਹੀਂ, ਨੂੰ ਮੈਂ ਗਿਆ ਉਸ ਟਾਈਮ ਮੋਟਰਸਾਈਕਲ ਨਹੀਂ ਮਿਲਿਆ ਮੈਨੂੰ, ਪਰ ਉਹ ਦੱਸ ਰਹੇ ਸੀ ਵੀ ਇਹ ਮੋਟਰਸਾਈਕਲ ਤੇ ਸੀ ਨੌਜਵਾਨ। ਪਿੰਡ ਦੇ ਲੋਕ ਵੀ ਸੀਗੇ ਉੱਥੇ? ਕਿੰਨੇ? ਹਾਂਜੀ, ਕਾਫੀ ਘੱਟ ਸੀ ਜੀ, ਕਾਫੀ ਪਿੰਡ ਦੇ ਲੋਕ ਹੀ ਕਹਿ ਰਹੇ ਸੀ ਜੀ। ਉਸ ਚੀਜ਼ ਦੀ ਪੁਸ਼ਟੀ ਹੋ ਸਕੀ ਜੀ ਵੀ ਇਹ ਕਿੱਥੋਂ ਆ ਰਿਹਾ ਸੀ, ਕਿਵੇਂ ਆ ਰਿਹਾ ਸੀ ਤੇ ਵੀ ਕੀ ਕਾਰਨ ਬਣਿਆ। ਪਹਿਚਾਣ ਮੱਝਾ ਕੁਝ ਦਾ ਪਤਾ? ਪਹਿਚਾਣ ਜੀ ਸੰਗਤ ਮੰਡੀ ਵਜੋਂ ਦੱਸਿਆ ਜਾ ਰਿਹਾ ਹੈਗਾ, ਪਰ ਪੱਕਾ ਕਨਫਰਮ ਨਹੀਂ ਹੈਗਾ। ਇਹਦੇ ਕੀ ਵਜ੍ਹਾ ਲੱਗਦਾ, ਕਿਸ ਤਰ੍ਹਾਂ ਦੀ ਹਾਲਤ ਹੋਈ? ਦੇਖੋ ਜੀ, ਸਿਰ ਤੇ ਕਾਫੀ ਜ਼ਿਆਦਾ ਸੱਟ ਆ ਗਈ। ਇਹ ਨਹੀਂ ਕਹਿ ਸਕਦੇ ਵੀ ਕਿਸ ਚੀਜ਼ ਨਾਲ ਵੱਜੀ ਸੱਟ, ਕਿਸ ਚੀਜ਼ ਨਾਲ ਨਹੀਂ ਵੱਜੀ। ਅੱਛਾ, ਤਾਂ ਕੋਈ ਘਰ ਦਾ ਮੈਂਬਰ ਨਹੀਂ ਆਇਆ ਨਾਲ ਇੱਥੇ? ਨਹੀਂ ਸਰ, ਉਹ ਮੌਕੇ ਦੀ ਸੰਗਤ ਥਾਣੇ ਦੀ ਪੁਲਿਸ ਸੀਗੀ, ਉਹ ਆਪਣੀ ਕਾਰਜੀ ਕਾਰਵਾਈ ਕਰਵਾ ਰਹੇ। ਇਹਦੇ ਨਾਲ ਕੌਣ ਸੀ ਮੋਟਰਸਾਈਕਲ ਤੇ? ਇਹਨਾਂ ਦੀ ਮਿਸਿਸ ਸੀ ਸ਼ਾਇਦ। ਬੱਚਾ ਵੀ ਸੀ? ਹਾਂਜੀ, ਬੱਚਾ ਵੀ ਸੀ। ਇੱਕ ਨੌਜਵਾਨ ਆਪਣੀ ਵਾਈਫ ਦੇ ਨਾਲ ਪਿੰਡ ਕੋਟਗੁਰੂ ਵਿੱਚ ਜਾ ਰਿਹਾ ਸੀ ਥਾਣਾ ਸੰਗਤ, ਤੇ ਦੋ ਬਾਈਕ ਤੇ ਚਾਰ ਨੌਜਵਾਨ ਆਏ ਜਿਹੜੇ ਉਹਦੇ ਸਿਰ ਤੇ ਤੇਜ਼ਧਾਰ ਹਥਿਆਰ ਦੇ ਨਾਲ ਵਾਰ ਕਰਕੇ ਫਰਾਰ ਹੋ ਗਏ ਆ। ਅਮ੍ਰਿਤ ਬੰਦੇ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਕਾਸ਼ਦੀਪ ਸਿੰਘ ਸੰਗਤ ਮੰਡੀ ਵੱਲੋਂ ਹੋਈ ਹੈ। ਜਲਦ ਹੀ ਜਿਹੜੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਸਰ, ਪਿੰਡ ਕੋਟਕੁਰੂ ਤੋਂ ਸਾਨੂੰ ਕਾਲ ਆਈ ਸੀ ਕਿ ਇੱਕ ਦੁਰਘਟਨਾ ਹੋ ਚੁੱਕੀ ਆ। ਮੌਕੇ ਤੇ ਪਹੁੰਚ ਕੇ ਦੇਖੇ ਤਾਂ ਇੱਕ ਨੌਜਵਾਨ ਜ਼ਖਮੀ ਹਾਲਾਤਾਂ ਦੇ ਵਿੱਚ ਮਿਲਿਆ ਜੋ ਕਿ ਡੈਥ ਹੋ ਚੁੱਕੀ ਸੀ। ਹਾਲਾਤ ਕਿੰਨੇ ਕੁ ਮਾੜੇ ਸੀ ਦੇਖੀਏ? ਹਾਲਾਤ ਜ਼ਖਮ ਜ਼ਿਆਦਾ ਸੀਗੇ ਜੀ। ਕੁਛ ਇਸ ਤਰ੍ਹਾਂ ਦਾ ਕੋਈ ਆਪਣਾ ਐਕਸੀਡੈਂਟ ਲੱਗ ਰਿਹਾ ਸੀ ਜਾਂ ਕੁਛ ਹੋਰ ਲੱਗ ਰਿਹਾ ਸੀ? ਨਹੀਂ ਸਰ, ਇਸ ਚੀਜ਼ ਦੀ ਪੁਸ਼ਟੀ ਨਹੀਂ ਹੋ ਰਹੀ ਵੀ ਇਹ ਡੈਥ ਹੋਈ ਹੈ ਤਾਂ ਕਿਸ ਕਾਰਨ ਹੋਈ ਆ। ਇਕੱਲੇ ਸੀ ਕਿ ਹੋਰ ਦੇ ਨਾਲ ਸੀ? ਨਾਲ ਸ਼ਾਇਦ ਲੇਡੀ ਸੀ ਇਹਨਾਂ ਦੀ। ਇਹਨਾਂ ਦੇ ਸ਼ਾਇਦ ਘਰੋਂ ਸੀ ਉਹ। ਕੋਈ ਵਹੀਕਲ ਸੀ ਇਹਨਾਂ ਕੋਲ? ਮੋਟਰਸਾਈਕਲ ਸੀ ਇਹਨਾਂ ਕੋਲੇ। ਮੋਟਰਸਾਈਕਲ ਉੱਥੇ ਸੀਗਾ ਕਿ ਨਹੀਂ ਸੀਗਾ? ਨਹੀਂ, ਨੂੰ ਮੈਂ ਗਿਆ ਉਸ ਟਾਈਮ ਮੋਟਰਸਾਈਕਲ ਨਹੀਂ ਮਿਲਿਆ ਮੈਨੂੰ, ਪਰ ਉਹ ਦੱਸ ਰਹੇ ਸੀ ਵੀ ਇਹ ਮੋਟਰਸਾਈਕਲ ਤੇ ਸੀ ਨੌਜਵਾਨ। ਪਿੰਡ ਦੇ ਲੋਕ ਵੀ ਸੀਗੇ ਉੱਥੇ? ਕਿੰਨੇ? ਹਾਂਜੀ, ਕਾਫੀ ਘੱਟ ਸੀ, ਕਾਫੀ ਪਿੰਡ ਦੇ ਲੋਕ ਹੀ ਕਹਿ ਰਹੇ ਸੀ ਜੀ। ਉਸ ਚੀਜ਼ ਦੀ ਪੁਸ਼ਟੀ ਨਹੀਂ ਹੋ ਸਕੀ ਜੀ ਵੀ ਇਹ ਕਿੱਥੋਂ ਆ ਰਿਹਾ ਸੀ, ਕਿਵੇਂ ਆ ਰਿਹਾ ਸੀ ਤੇ ਵੀ ਕੀ ਕਾਰਨ ਬਣਿਆ। ਪਹਿਚਾਣ ਮੱਝਾ ਕੁਝ ਦਾ ਪਤਾ? ਪਹਿਚਾਣ ਜੀ ਸੰਗਤ ਮੰਡੀ ਵਜੋਂ ਦੱਸਿਆ ਜਾ ਰਿਹਾ ਹੈਗਾ, ਪਰ ਪੱਕਾ ਕਨਫਰਮ ਨਹੀਂ ਹੈਗਾ। ਇਹਦੇ ਕੀ ਵਜ੍ਹਾ ਲੱਗਦਾ, ਕਿਸ ਤਰ੍ਹਾਂ ਦੀ ਹਾਲਤ ਹੋਈ? ਦੇਖੋ ਜੀ, ਸਿਰ ਤੇ ਕਾਫੀ ਜ਼ਿਆਦਾ ਸੱਟ ਆ ਗਈ। ਇਹ ਨਹੀਂ ਕਹਿ ਸਕਦੇ ਵੀ ਕਿਸ ਚੀਜ਼ ਨਾਲ ਵੱਜੀ ਸੱਟ, ਕਿਸ ਚੀਜ਼ ਨਾਲ ਨਹੀਂ ਵੱਜੀ। ਅੱਛਾ, ਤਾਂ ਕੋਈ ਘਰ ਦਾ ਮੈਂਬਰ ਨਹੀਂ ਆਇਆ ਨਾਲ ਇੱਥੇ? ਨਹੀਂ ਸਰ, ਉਹ ਮੌਕੇ ਦੀ ਸੰਗਤ ਥਾਣੇ ਦੀ ਪੁਲਿਸ ਸੀਗੀ, ਉਹ ਆਪਣੀ ਕਾਰਜੀ ਕਾਰਵਾਈ ਕਰਵਾ ਰਹੇ। ਇਹਦੇ ਨਾਲ ਹੋਰ ਕੌਣ ਸੀ ਮੋਟਰਸਾਈਕਲ ਤੇ? ਇਹਨਾਂ ਦੀ ਮਿਸਿਸ ਸੀ ਸ਼ਾਇਦ। ਬੱਚਾ ਵੀ ਸੀ? ਹਾਂਜੀ, ਬੱਚਾ ਵੀ ਸੀ। ਇੱਕ ਨੌਜਵਾਨ ਆਪਣੀ ਵਾਈਫ ਦੇ ਨਾਲ ਪਿੰਡ ਕੋਟਗੁਰੂ ਵਿੱਚ ਜਾ ਰਿਹਾ ਸੀ ਥਾਣਾ ਸੰਗਤ, ਤੇ ਦੋ ਬਾਈਕ ਤੇ ਚਾਰ ਨੌਜਵਾਨ ਆਏ ਜਿਹੜੇ ਉਹਦੇ ਸਿਰ ਤੇ ਤੇਜ਼ਧਾਰ ਹਥਿਆਰ ਦੇ ਨਾਲ ਵਾਰ ਕਰਕੇ ਫਰਾਰ ਹੋ ਗਏ ਆ। ਅਮ੍ਰਿਤ ਬੰਦੇ ਦੀ ਮੌਕੇ ਤੇ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਆਕਾਸ਼ਦੀਪ ਸਿੰਘ ਸੰਗਤ ਮੰਡੀ ਵੱਲੋਂ ਹੋਈ ਹੈ। ਜਲਦ ਹੀ ਜਿਹੜੇ ਦੋਸ਼ੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ। ਸਰ, ਪਿੰਡ ਕੋਟਕੁਰੂ ਤੋਂ ਸਾਨੂੰ ਕਾਲ ਆਈ ਸੀ ਕਿ ਇੱਕ ਦੁਰਘਟਨਾ ਹੋ ਚੁੱਕੀ ਆ। ਮੌਕੇ ਤੇ ਪਹੁੰਚ ਕੇ ਦੇਖੇ ਤਾਂ ਇੱਕ ਨੌਜਵਾਨ ਜ਼ਖਮੀ ਹਾਲਾਤਾਂ ਦੇ ਵਿੱਚ ਮਿਲਿਆ ਜੋ ਕਿ ਡੈਥ ਹੋ ਚੁੱਕੀ ਸੀ। ਹਾਲਾਤ ਕਿੰਨੇ ਕੁ ਮਾੜੇ ਸੀ ਦੇਖੀਏ? ਹਾਲਾਤ ਜ਼ਖਮ ਜ਼ਿਆਦਾ ਸੀਗੇ ਜੀ। ਕੁਛ ਇਸ ਤਰ੍ਹਾਂ ਦਾ ਕੋਈ ਆਪਣਾ ਐਕਸੀਡੈਂਟ ਲੱਗ ਰਿਹਾ ਸੀ ਜਾਂ ਕੁਛ ਹੋਰ ਲੱਗ ਰਿਹਾ ਸੀ? ਨਹੀਂ ਸਰ, ਇਸ ਚੀਜ਼ ਦੀ ਪੁਸ਼ਟੀ ਨਹੀਂ ਹੋ ਰਹੀ ਵੀ ਇਹ ਡੈਥ ਹੋਈ ਹੈ ਤਾਂ ਕਿਸ ਕਾਰਨ ਹੋਈ ਆ। ਇਕੱਲੇ ਸੀ ਕਿ ਹੋਰ ਦੇ ਨਾਲ ਸੀ? ਨਾਲ ਸ਼ਾਇਦ ਲੇਡੀ ਸੀ ਇਹਨਾਂ ਦੀ। ਇਹਨਾਂ ਦੇ ਸ਼ਾਇਦ ਘਰੋਂ ਸੀ ਉਹ। ਕੋਈ ਵਹੀਕਲ ਸੀ ਇਹਨਾਂ ਕੋਲ? ਮੋਟਰਸਾਈਕਲ ਸੀ ਇਹਨਾਂ ਕੋਲੇ। ਮੋਟਰਸਾਈਕਲ ਉੱਥੇ ਸੀਗਾ ਕਿ ਨਹੀਂ ਸੀਗਾ? ਨਹੀਂ, ਨੂੰ ਮੈਂ ਗਿਆ ਉਸ ਟਾਈਮ ਮੋਟਰਸਾਈਕਲ ਨਹੀਂ ਮਿਲਿਆ ਮੈਨੂੰ, ਪਰ ਉਹ ਦੱਸ ਰਹੇ ਸੀ ਵੀ ਇਹ ਮੋਟਰਸਾਈਕਲ ਤੇ ਸੀ ਨੌਜਵਾਨ। ਪਿੰਡ ਦੇ ਲੋਕ ਵੀ ਸੀਗੇ ਉੱਥੇ? ਕਿੰਨੇ? ਹਾਂਜੀ, ਕਾਫੀ ਘੱਟ ਸੀ, ਕਾਫੀ ਪਿੰਡ ਦੇ ਲੋਕ ਹੀ ਕਹਿ ਰਹੇ ਸੀ ਜੀ। ਉਸ ਚੀਜ਼ ਦੀ ਪੁਸ਼ਟੀ ਨਹੀਂ ਹੋ ਸਕੀ ਜੀ ਵੀ ਇਹ ਕਿੱਥੋਂ ਆ ਰਿਹਾ ਸੀ, ਕਿਵੇਂ ਆ ਰਿਹਾ ਸੀ ਤੇ ਵੀ ਕੀ ਕਾਰਨ ਬਣਿਆ। ਪਹਿਚਾਣ ਮੱਝਾ ਕੁਝ ਦਾ ਪਤਾ? ਪਹਿਚਾਣ ਜੀ ਸੰਗਤ ਮੰਡੀ ਵਜੋਂ ਦੱਸਿਆ ਜਾ ਰਿਹਾ ਹੈਗਾ, ਪਰ ਪੱਕਾ ਕਨਫਰਮ ਨਹੀਂ ਹੈਗਾ। ਇਹਦੇ ਕੀ ਵਜ੍ਹਾ ਲੱਗਦਾ, ਕਿਸ ਤਰ੍ਹਾਂ ਦੀ ਹਾਲਤ ਹੋਈ? ਦੇਖੋ ਜੀ, ਸਿਰ ਤੇ ਕਾਫੀ ਜ਼ਿਆਦਾ ਸੱਟ ਆ ਗਈ। ਇਹ ਨਹੀਂ ਕਹਿ ਸਕਦੇ ਵੀ ਕਿਸ ਚੀਜ਼ ਨਾਲ ਵੱਜੀ ਸੱਟ, ਕਿਸ ਚੀਜ਼ ਨਾਲ ਨਹੀਂ ਵੱਜੀ। ਅੱਛਾ, ਤਾਂ ਕੋਈ ਘਰ ਦਾ ਮੈਂਬਰ ਨਹੀਂ ਆਇਆ ਨਾਲ ਇੱਥੇ? ਨਹੀਂ ਸਰ, ਉਹ ਮੌਕੇ ਦੀ ਸੰਗਤ ਥਾਣੇ ਦੀ ਪੁਲਿਸ ਸੀਗੀ, ਉਹ ਆਪਣੀ ਕਾਰਜੀ ਕਾਰਵਾਈ ਕਰਵਾ ਰਹੇ। ਇਹਦੇ ਨਾਲ ਹੋਰ ਕੌਣ ਸੀ ਮੋਟਰਸਾਈਕਲ ਤੇ? ਇਹਨਾਂ ਦੀ ਮਿਸਿਸ ਸੀ ਸ਼ਾਇਦ। ਬੱਚਾ ਵੀ ਸੀ? ਹਾਂਜੀ, ਬੱਚਾ ਵੀ ਸੀ।